हाँ। सो फाइनली बाबे वेट करते करते नंबर आ ही गया है ते आपां तां ले रैक दे चढ़ाउणागा ओ रेंज वाला घोड़ा अपना खड़ा ते आ दो ट्रक विच पै गए कोई गल नहीं अपना भी नंबर आ जाऊ शिप ते नंबर आ गया ये पार्ट टू शुरू करांगे भाई अज आपां ते अज तुहानू शिप दे नज़ारे ये दिखावांगे आ तां हां मतलब भी दो टॉप ने उहदे सत श्री अकाल जी शाह जी सारे नू दिन हो गया चौथा 15 तरीक नू तुरे 16-17 अज 18 तरीक हो गई दिन चौथा हो गया ते अज चौथे दिन जाके आके नंबर लग गया सानू इत्थे बैठे नू आराम नाल कल 3 बजे आ गए सी ते अज 12 बज गए ते 24 घंटे मंगू हो गए है ना मेरे वाले दे मगर पता नहीं किवें गड्डी जाके रुक गई तेरी सांस के तू ही है वाहेगुरु मालका सच्चे पातशाह मैं पहली बारी चलिया शिप ते वधिया रहे सफर समुंदर दिखावांगे मित्रों तुहानू बने रहे नाल है ना ट्रक लगी जांदा एमन दा ओहदे मुरे लग गया आ ट्रक अपने मुरे आ फिर मेरी बारी आ जानी आ ते आ भाई आ दरिया दे विच दी हुंदे हुंदे 7 घंटा नी बाट आ 200 किलोमीटर जाना अगे थोनू मैं शिप दे विच जाके मिलदा जदों पार्किंग पूर्किंग करता ना फिर जाके देखदे आपां गल्लां बातां करदे आ रोकदे सी ना वीडियो बनाउण तों अज आ गए आ ट्रक खड़े सारी ओ अपना 42-28 खड़ा जरा ते मेरे वाला खड़ा हाँ हाँ 95 नंबर वाला ये आ जरा ता चला गया उठ जाते ना बंदे हो जमा ता हाँ यार दरिया नू चीरते हुए जावांगे और ते केड़े पासे जावांगे ऐ नू हाँ महा के ते इधर नू जाना इधर नू तो सिडनी आ गया ना इधर नू जावांगा अच्छा चल वधिया आज तो बंदे जे आइसबर्ग जी भी आए देखांगे इधर नहीं आते वो न्यू ऑनलाइन टॉप में आओ ओके ठीक है किधर जाना कल रोक दे सी ना रिस्ट्रिक्टेड एरिया हल है आ बना ली सारी वीडियो है ना लाइव वोट आ गई बाबे पकड़ी मार्केट रेस्टोरेंट नहीं हुए कोका कोला तो मिलता ही है चल सीटिंग एरिया वो तक के लेके आना है विंडोआ कितनी गंदी आने ना इथे होए विंडोआ तो सॉल्ट वाला पानी हुंदा ना बड़ी गंदी होई है विंडोआ अभी शाह जी आज आ साडे दोनों दा कैबिन आ जा अंदर आ जा मैं गेट बंद कर दूंगा तुहानू जिन्ना ਭਜਦਾ ਕਿੱਧਰ ਆ ਐ ਨਹੀਂ ਭੱਜਣ ਹੁੰਦਾ ਤੈਨੂੰ ਲੈ ਭਾਵੇਂ ਨਾ ਤਾਂ ਪਾਸਾ ਵੀ ਨਹੀਂ ਲੈਤਾ ਜਾਣਾ ਲਾਈ ਬੋਟਾਂ 1-2-3 ਨੀਲਾ ਪਾਣੀ ਤਾਂ ਨਹੀਂ ਹੈਗਾ ਨਾ ਕੁਛ ਇਹ ਆਇਆ ਨਾ ਉਰੇ ਕਿਨਾਰੇ ਇਹ ਤੇ ਆ ਗਿਆ ਨਾ ਥੱਲੋਂ ਉਹਦੀ ਕਾਈ ਦੀ ਵੀ ਉਹ ਪੈਂਦੀ ਲਸ਼ਕੋਰ ਜੀ ਚੱਲਦੇ ਆ ਬਸ ਟਰਾਲੇ ਖੜੇ ਉਥੋਂ ਐਗਜ਼ਿਟ ਲਵਾਂਗੇ ਨਾ ਆ ਇੰਜਣ ਆ ਨਾ ਓਏ ਆ ਜਿਹੜਾ ਆਹ ਜਗਾੜ ਜਾ ਇੰਜਣ ਦਾ ਥੱਲੇ ਹੁੰਦਾ ਹੈ ਓਏ ਤੂੰ ਥੱਲੇ ਆ ਹੂੰ ਟਰੱਕ
ਜਮਾ ਥੱਲੇ ਆ ਉਥੇ ਤੂੰ ਨਿਕਲਦਾ ਮਹਾਂ ਉਹੀ ਗੱਲ ਕਹਿਣਾ ਮੈਂ ਵੀ ਇੰਜਣ ਦਾ ਜਗਾੜ ਆ ਵੀ ਉਥੇ ਚਿਮਣੀਆਂ ਚੁਮਣੀਆਂ ਬਣਾਈਆਂ ਹੋਈਆਂ ਦੇਖ ਇੱਕ ਸਟਾਰਟ ਆ ਦੇਖ ਦੋ ਚੋਂ ਜੀ ਸ਼ਿਪ ਤੇ ਹੈਲੀਪੈਡ ਵੀ ਹੈਗਾ ਨਾ ਉਹ ਜਮਾ ਉਤਲੇ ਡੈਕ ਤੇ ਆ ਗਏ ਦੇਖੀ ਬੱਦਲ ਆਈਆਂ ਨੇ ਕਿਵੇਂ ਫੋਨ 'ਚ ਦੇਖੀ ਕਿਵੇਂ ਦੀ ਸਿਮੈਟਰੀ ਹੈ ਨਾ ਉਹ ਦੇਖੋ ਟਰੱਕ ਤਾਂ ਥੋੜੀ ਰਹਿ ਗਿਆ ਨਾ ਜੇ ਪ੍ਰਾਪਦਾ ਖੜਾ ਫਿਰ ਦੂਜੇ ਦਾ ਵੀ ਖੜਾ ਗਿਆ ਪ੍ਰਾਪਦਾ ਉਹਦੇ ਅੱਗੇ ਸੀਗਾ ਗੱਡੀਆਂ ਛੋਟੀਆਂ ਛੋਟੀਆਂ ਹੀ ਲੱਗਦੀਆਂ ਉਹ ਉੱਥੇ ਚੱਲ ਕੋਈ ਨਾ ਫਾਈਨਲੀ ਛੱਡਿਆ ਏ ਲੈਂਡ ਨੂੰ ਹੈਨਾ ਅਸੀਂ ਜ਼ਮੀਨ ਤੋਂ ਪੈਰ ਚੱਕ ਲਏ ਨੇ ਕੈਨੇਡਾ ਆ ਗਏ ਅਸੀਂ ਜ਼ਮੀਨ ਤੋਂ ਪੈਰ ਚੱਕ ਗਏ ਬਾਬੇ ਉਵੇਂ ਨਹੀਂ ਮਤਲਬ ਅਸੀਂ ਜਹਾਜ਼ ਤੇ ਚੜ੍ਹ ਗਏ ਤਾਂ ਕਰਕੇ ਵੀ ਸਾਡੇ ਹੁਣ ਪੈਰਾਂ ਥੱਲੇ ਜ਼ਮੀਨ ਨਹੀਂ ਹੈਗੀ ਕਰਦੇ ਕਹਿਣਗੇ ਨਾ ਪੁੱਤ ਅਗਲੇ ਗੇੜੇ ਨਹੀਂ ਜਾਣਾ ਉੱਥੇ ਨਾ ਅਗਲੇ ਗੇੜੇ ਨਹੀਂ ਜਾਣਾ ਵੀ ਗੇੜਾ ਤਾਂ ਮਸਾਂ ਤਾਂ ਇੱਕ ਦਿੱਤਾ ਵਾ ਇੰਨਾ ਸਾਲ ਹੋ ਗਿਆ ਮਸਾਂ ਤਾਂ ਆਏ ਆ ਇੱਧਰ ਨੂੰ ਚੱਲ ਪਈ ਸ਼ਾਹ ਜੀ ਹੈ ਨਾ ਤੈਨੂੰ ਕਿਹਾ ਸੀ ਨਾ ਮੈਂ ਇੰਜਣ ਜੇ ਭੁੱਖੀ ਜਾਂਦੇ ਆ ਮੈਂ ਚੱਲੂਗੀ ਹੁਣ ਤਾਂ ਉਹ ਪਾ ਗਿਆ ਸਾਨੂੰ ਇੱਥੋਂ ਵਾਹਿਗੁਰੂ ਇੱਥੋਂ ਤੇਲ ਤੂਲ ਪਾਉਂਦੇ ਹੈ ਨਾ ਉਹ ਐਮਣ ਦੇਖੀ ਤੇਲ ਵਾਲਾ ਕੋਈ ਕੈਂਟਰ ਜਿਹਾ ਤਾਂ ਆਇਆ ਨਹੀਂ ਦੇਖਿਆ ਚੇਅਰ ਓਕੇ ਖੁੱਲ੍ਹਾ ਦਰਿਆ ਆਉਣਾ ਇਹਨਾਂ ਨੂੰ ਖੇਡਣ ਨੂੰ ਸ਼ਿਪ ਵਾਲਿਆਂ ਨੂੰ ਬਾਏ ਬਾਏ ਪ੍ਰਭ ਐਂਡ ਸੰਦੀਪ ਜੇ ਤੁਸੀਂ ਉੱਥੇ ਖੜੇ ਹੋ ਤਾਂ ਲੈ ਵੀ ਲੈ ਵੀ ਲੈ ਵੀ ਲੈ ਵੀ ਸ਼ਾਹ ਜੀ ਤੁਰ ਪਏ ਹੁੰਦਾ ਬੰਦੇ ਦੇਖੋ ਇਹ ਫਿਰ ਉਹ ਜਿਹੜਾ ਲਾਲ ਜਿਹਾ ਨਿਸ਼ਾਨ ਪਿਆ ਹੈ ਨਾ ਮੈਂ ਉਹਦੇ ਤੋਂ ਐ ਤਾਂ ਦੀ ਹੋ ਕੇ ਜਾਊਗਾ ਹਨਾ ਆਹ ਕਿਹੜਾ ਆਈਲੈਂਡ ਜਾ ਮੂਰੇ ਆਈਲੈਂਡ ਨਹੀਂ ਆ ਸਿਡਨੀ ਸ਼ਹਿਰ ਆ ਜਾਂਦਾ ਨਾ ਇੱਧਰ ਅੱਛਾ ਆਹ ਨਾਰਥ ਸਿਡਨੀ ਉਹ ਸਿਡਨੀ ਵਿਚਾਲੇ ਦਰਿਆ ਦੇਖੋ ਆ ਜਿਹੜਾ ਜਹਾਜ਼ ਟੱਪ ਕੇ ਗਿਆ ਕੋਈ ਐਂ ਜੇ ਲੱਗਦਾ ਨਾ ਕੈਮੀਕਲ ਛੱਡ ਕੇ ਗਿਆ ਹੁੰਦਾ ਕੋਈ ਮੈਂ ਸੁਣਿਆ ਸੀਗਾ ਮੈਂ ਵੀ ਸੁਣਿਆ ਵੀ ਜਿਹੜੇ ਇਹ ਜਿਹੜੇ ਐਂ ਕੰਮ ਕਰਾਉਂਦੇ ਹੈ ਨਾ ਬਾਰਿਸ਼ ਬੁਰਿਸ਼ ਪਾਉਂਦੇ ਆ ਉਹ ਜਿਹੜੇ ਆ ਪੈਸੈਂਜਰ ਜਹਾਜ਼ ਵੀ ਹੁੰਦੇ ਆ ਨਾ ਜਿਵੇਂ ਹੁਣ ਆਮ ਕਿੰਨੇ ਜਹਾਜ਼ ਟੱਪਦੇ ਦੇਖ ਲੈ ਕੋਈ ਇਹੋ ਜਿਹੀ ਜਿਵੇਂ ਆਹ ਟੱਪਿਆ ਦੇਖ ਇਹਨੇ ਦੇਖ ਕਿੰਨਾ ਕੈਮੀਕਲ ਐਂ ਲੱਗਦਾ ਵੀ ਕੈਮੀਕਲ ਛੱਡਿਆ ਹੁੰਦਾ ਵੀ ਫ੍ਰੀ ਦੇ ਬੱਦਲ ਜੇ ਬਣਾਇਆ ਦੇਖਣੇ ਨਹੀਂ ਇੰਨੇ ਬੱਦਲ ਇੰਨਾ ਚਿਰ ਕਿਵੇਂ ਰਹਿ ਜਾਣਗੇ ਨਾਲੇ ਉਧਰੋਂ ਆ ਹੋਗਾ ਤੇ ਇੱਥੋਂ ਇੰਨਾ ਥਾਂ ਪਿਆ ਗਾ ਘੁਮਾ ਲਏ ਦੱਸ ਵਿੱਚ ਬੈਠੇ ਨੂੰ ਫੀਲ ਆ ਰਿਹਾ ਦੇਖੀ ਐ ਝੂਟੇ ਲੱਗਦੇ ਤਾਂ ਟੀਵੀ ਤੋਂ ਚਲਾ ਓਏ ਦੇਖੀ ਫਿਰ ਉੱਥੇ ਰਿਮੋਟ ਪਿਆ ਹੋਣਾ ਲਾਈਟ ਨੀ ਪੈਂਦੀ ਉਹ ਮੂੰਹ ਤੇ ਸੋਹਣਾ ਨੀ ਆਉਂਦਾ ਨਾ ਤੋ ਕੇ ਨਾ ਤੋ ਲਏ ਜੀ ਟੀਵੀ ਹੈਗਾ ਫਿਲਮਾਂ ਦੇਖਾਂਗੇ ਮੈਂ ਤਾਂ ਇੱਕ ਉਹਦੇ 'ਚ ਪਈ ਆ ਜੌਨ ਵਿਕ 4 ਅਤੇ ਇੱਕ ਪਈ ਆ ਉਹਦੇ 'ਚ FS9 ਅਤੇ 7 ਘੰਟੇ ਡਰਾਈਵ ਆਪਣੀ 2 ਘੰਟੇ ਆਪਾਂ ਟਪਾ ਤੇ ਸਾਰਾ ਸਾਰੀ ਰਾਤ ਡਰਾਈਵ ਕਰਨਾ ਆ ਕੀ ਮਾੜਾ ਮੋਟਾ ਘੰਟਾ ਡੇਢ ਘੰਟਾ ਤਾਂ ਸੌਂ ਜਾ ਮੈਨੂੰ ਜੇ ਨੀਂਦ ਆਈ ਤਾਂ ਦੇਖ ਲਾਂਗੇ ਪਰ ਮੈਂ ਫਿਲਮ ਟੀਵੀ ਤਾਂ ਫਿਰ ਵੀ ਲਾਉਣਾ ਪਊ ਮੈਨੂੰ ਫਿਰ ਨੀਂਦ ਆਊਗੀ ਐਂ ਨਹੀਂ ਮੈਂ ਤੋਂ ਸੁੱਤਾ ਜਾਣਾ ਅਤੇ ਫਿਰ ਅੱਗੇ ਦੇਖਦੇ ਹਾਂ ਚੋਕਲੇਟ ਨੂੰ ਹਲਕੇ ਪੀ ਕੇ ਚੱਲਦੇ ਹਾਂ ਬਾਹਰ ਨੂੰ ਕਾਰਡ ਤੂੰ ਚੱਕ ਲਈ ਇਸ ਵਾਰ ਮੈਂ ਨਹੀਂ ਚੱਕ ਰਿਹਾ ਕਿਉਂਕਿ ਮੇਰੀਆਂ ਜੇਬਾਂ ਗੰਦੀਆਂ ਨਹੀਂ ਇਹ ਨੇ ਠੀਕ ਹੈ ਸ਼ਾਹ ਜੀ ਸਮੁੰਦਰ ਅਤੇ ਹਵਾ ਬਾਹਲੀ ਚੱਲੀ ਜਾਂਦੀ ਹੈ ਹੌਲੀ ਹਵਾ ਚੱਲੀ ਜਾਂਦੀ ਹੈ ਨਾ ਹਨੇਰੀ ਟਾਈਪ ਮੂੰਹ ਵੀ ਚੱਲੀ ਜਾਂਦਾ ਤਾਂ ਹੀ ਇੰਨੀ ਇੰਨੀ ਹਿਲਦੀ ਹੈ ਸ਼ਿਪ ਸਮੁੰਦਰ ਸ਼ਾਂਤੀ ਪਿਆ
ਕਮਾਲ ਆ ਹੁਣ ਤਾਂ ਕੁਝ ਵੀ ਨਹੀਂ ਦਿਸਦਾ ਓਏ ਉਹ ਦੀਂਦਾ ਇੱਧਰ ਜੇ ਬਸ ਮਾੜੀ ਮਾੜੀ ਕੋਸਟ ਲਾਈਨ ਚ ਸਿਆਲ ਚ ਸਾਰਾ ਜੰਮਿਆ ਹੁੰਦਾ ਹਨਾ ਸਾਰੇ ਜੰਮਿਆ ਹੁੰਦਾ ਹਾਂ ਮਤਲਬ ਫਿਰ ਵੀ ਮਲਾਮ ਜੇ ਕੋਈ ਬੰਦਾ ਜਵਾਕ ਜੂਕ ਤਾਂ ਭੱਜਾ ਫਿਰ ਇੰਨਾ ਤਾਂ ਜੰਮ ਜਾਂਦਾ ਹੋਊ ਯਾਰ ਜਾ ਬੜਾ ਹੀ ਹਿੱਲੀ ਜਾਂਦਾ ਸੀ ਮਹਾਂ ਚੱਲ ਦੇਖ ਆਈਏ ਕੀ ਹੋਈ ਜਾਂਦਾ ਜੀ ਅੱਗੇ ਕੀ ਦੇਖਿਆ ਉਹ ਇੱਕ ਹੋਰ ਸ਼ਿਪ ਦੇਖੀ ਸਮੁੰਦਰ 'ਚ ਤੈਰਦੀ ਫਿਰਦੀ ਹੈ ਇੱਕ ਹੋਰ ਸਮੁੰਦਰੀ ਜਹਾਜ਼ ਦੇਖਿਆ ਬਾਬੇ ਇਹ ਇੱਥੇ ਲੈਵਲ ਹੋ ਗਏ ਜਮਾਂ ਫਾਈਨਲੀ ਬਾਈ ਜੀ ਧਰਤੀ ਤਾਂ ਦੇਖ ਲਈ ਅਤੇ ਮਾੜਾ ਜਿਹਾ ਮੈਂ ਤਾਂ ਜਾ ਕੇ ਦੇਖ ਕੇ ਆਉਣਾ ਵੀ ਕਿਵੇਂ ਕੁਛ ਵਾਹਿਗੁਰੂ ਮਾਲਕਾ ਆਹ ਸੀ ਸਮੁੰਦਰ ਜਿੱਧਰੋਂ ਆਏ ਹਾਂ ਸੋ ਸ਼ਾਹ ਜੀ ਆਪਾਂ ਥੱਲੇ ਉਤਰਿਆ ਜੀ ਸ਼ਿਪ 'ਚੋਂ ਟਰੱਕ ਮਗਰ ਆਈ ਜਾਂਦੇ ਆ ਅਤੇ ਮੈਂ ਹੁਣ ਥੱਲੇ ਉਤਰ ਕੇ ਵੇਟ ਕਰਨੀ ਸੀਗੀ ਐਮਨ ਦੀ ਅਤੇ ਲੈਟਸ ਸੀ ਕਿੱਥੇ ਜੇ ਵੇਟ ਕਰ ਸਕਦਾ ਮੈਂ ਉਹਦੀ ਪਰ ਮੈਨੂੰ ਪਹਿਲਾਂ ਇੱਕ ਵਾਰੀ ਥੱਲੇ ਉਤਰਨਾ ਪੈਣਾ ਅਤੇ ਆਹ ਆਪਣਾ ਟਿੱਚੀ ਟੁੱਚੀ ਵੀ ਸਮਾਨ ਸੱਲਾ ਵੀ ਰੱਖਣਾ ਗਾ ਮੈਂ ਉਹਨੂੰ ਕਿਹਾ ਇਹਨਾਂ ਨੇ ਮੈਂ ਕਿਹਾ ਆ ਜਾ ਪਹਿਲਾਂ ਚੱਲ ਵੜੀਏ ਨਾ ਕਹਿੰਦਾ ਕੋਈ ਲੋੜ ਹੀ ਨਹੀਂ ਕੋਈ ਗੱਲ ਨਹੀਂ ਸ਼ਾਮ ਦੇ ਟੋਰਾਂਟੋ ਦੇ ਹਿਸਾਬ ਨਾਲ 5:30 ਹੋ ਗਏ ਅਤੇ ਇੱਥੋਂ ਦੇ ਹਿਸਾਬ ਨਾਲ 7:00 ਡੇਢ ਘੰਟਾ ਅੱਗੇ ਹੋ ਗਿਆ ਸੀ ਉੱਧਰ ਨੂੰ ਉਤਰੀ ਗਏ ਸ਼ਾਹ ਜੀ ਫਿਰ ਹੈ ਇੱਥੇ ਕਹਿੰਦੇ ਵੀ ਸਾਰੀਆਂ ਡਾਊਨ ਹਿੱਲਾਂ ਅਪ ਹਿੱਲਾਂ ਇੱਦਾਂ ਹੀ ਆ ਸਾਰਾ ਉਹ ਜਾਂਦਾ ਆਪਣਾ ਐਮਨ ਵਾਲਾ ਟਰੱਕ ਜਿਹੜਾ ਮੇਰੇ ਮੂਹਰੇ ਜਾਂਦਾ ਗਾ ਚਲੋ ਸ਼ਾਹ ਜੀ ਮੈਂ ਤੁਹਾਨੂੰ ਕਿਤੇ ਜਾ ਕੇ ਮਿਲਦਾ ਅਤੇ ਉਦੋਂ ਬਾਅਦ ਦੇਖਦੇ ਹਾਂ ਆਪਾਂ ਵਲੋਗ ਕਿੱਥੇ ਹੀ ਐਂਡ ਕਰਨਾ ਅਤੇ ਬਣੇ ਰਹੇ ਨਾਲ ਹੈਂ ਛੇਤੀ ਰੁਕਦੇ ਹਾਂ ਅਸੀਂ ਟੈਮਾਟਨ 'ਤੇ ਰੁਕਣਾ ਉੱਥੋਂ ਚਾਹ ਚੂਹ ਚੱਕਣੀ ਆ ਇੱਕ ਆ ਖੜਾ ਤਾ ਇੱਕ ਉਹ ਖੜਾ ਤਾ ਆਹ ਬੱਸਾਂ ਟਰੱਕਾਂ ਦੇਖ ਲਓ
ਸਾਰੇ ਚੋਬਰ ਆਪਣੇ ਵਾਲੇ ਪੰਜਾਬੀ ਚਾਹ ਪੀਣ ਦੇ ਮਾਰੇ ਕਾਲੇ ਹੋਏ ਪਏ ਆ ਲਾਈਟਾਂ ਚੱਲਦੀਆਂ ਕਿੱਡੀਆਂ ਸੋਹਣੀਆਂ ਲੱਗਦੀਆਂ ਨਾ ਟਰਾਲਿਆਂ ਦੀਆਂ ਲਾਈਟਾਂ ਚੱਲਦੀਆਂ ਦੇਖਦਾ ਮੈਂ ਨਾ ਇੰਡੀਆ ਜਾ ਕੇ ਜਿਹੜੀਆਂ ਪੰਜ ਲਾਈਟਾਂ ਨੀ ਜਿਵੇਂ ਆਪਣੇ ਲੱਗਦੀਆਂ ਐਂ ਜਾ ਕੇ ਟਰੈਕਟਰ ਤੇ ਲਵਾਉਂਗਾ ਥੱਲੇ ਤਾਂ ਉਹ ਜਾਗਦੀਆਂ ਨੇ ਤੇ ਉੱਪਰਲੇ ਪਾਸੇ ਵੀ ਆਪਾਂ ਜਗਾ ਹੈ ਹਾਂਜੀ ਸ਼ਾਹ ਜੀ ਓਦਾਂ ਤਾਂ ਡਨ ਆ ਇੱਥੇ ਬਲੌਗ ਫਿਰ ਵੀ ਜੇ ਕੁਛ ਆਇਆ ਤਾਂ ਦਿਖਾਵਾਂਗੇ